ਜ਼ਿਲ੍ਹਾ ਸੰਗਰੂਰ ਦੇ ਪਿੰਡ ਮੂਣਕ ਵਿੱਚ ਕਬੱਡੀ ਦਾ ਕੈਂਪ ਲੱਗਾ, ਬਹੁਤ ਵੱਡਾ ਕੈਂਪ ਲੱਗਾ ਜਿਹਦੇ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਲਵਿੰਦਰ ਸਿੰਘ ਬੂੰਦੀ ਕੋਚ, ਉਹਨਾਂ ਨੇ ਕਬੱਡੀ ਦਾ ਇੱਕ ਕੈਂਪ ਲਾਇਆ। ਸੋ ਅੱਜ ਕਰਦੇ ਹਾਂ ਗੱਲ ਅਤੇ ਉਹਨਾਂ ਦੇ ਜਿੰਨੇ ਵੀ ਅੱਗੇ ਪਲੇਅਰ ਨੇ, ਜਿੰਨੇ ਵੀ ਖਿਡਾਰੀ ਇੱਥੇ ਕੈਂਪ 'ਚ ਕੋਚਿੰਗ ਲੈਣ ਵਾਸਤੇ ਆਏ ਨੇ ਹਰਿਆਣੇ ਪੰਜਾਬ ਤੋਂ, ਸੋ ਆ ਜਾਓ ਜੀ ਗੱਲ ਕਰਦੇ ਹਾਂ। ਬਲਵਿੰਦਰ ਸਿੰਘ ਬੂੰਦੀ ਕੋਚ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੀ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਆਈ ਵਾਰ ਦੀ ਤਰ੍ਹਾਂ ਐਤਕੀ ਵੀ ਕਬੱਡੀ ਦਾ ਕੈਂਪ ਲੱਗਾ, ਖਿਡਾਰੀਆਂ ਬਾਰੇ ਤੁਸੀਂ ਆਪਦੀ ਜ਼ਿੰਦਗੀ ਬਾਰੇ ਅੱਜ ਤੁਹਾਡੇ ਤੋਂ ਪੁੱਛਣ ਆਏ ਹਾਂ, ਸੋ ਸਾਰਿਆਂ ਨੂੰ ਗੱਲਾਂ ਦੱਸੋ ਜੀ। ਪਹਿਲਾਂ ਤਾਂ ਪੰਜਾਬੀ ਸੂਬਾ ਚੈਨਲ ਵੱਲੋਂ ਮੇਰਾ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਹਾਂਜੀ ਹਾਂਜੀ, ਤੁਸੀਂ ਖਿਡਾਰੀ ਦੱਸੋ ਜੀ ਆਪਣੇ ਇੱਥੇ ਹੁਣ ਕਿੰਨੇ ਖਿਡਾਰੀ ਪ੍ਰੈਕਟਿਸ ਕਰਦੇ ਪਏ ਨੇ? ਮੇਰੇ ਕੋਲ ਇਸ ਟਾਈਮ ਲਗਭਗ 80-85 ਖਿਡਾਰੀ ਪ੍ਰੈਕਟਿਸ ਕਰ ਰਹੇ ਨੇ। ਹਾਂਜੀ ਘੱਟੋ ਘੱਟ 40-50 ਖਿਡਾਰੀ ਹਰਿਆਣੇ ਤੋਂ ਨੇ, ਬਾਕੀ ਪੰਜਾਬ ਦੇ ਖਿਡਾਰੀ ਨੇ, ਬਾਕੀ ਏਰੀਆ ਆਪਣਾ ਮੂਣਕ ਦੇ ਤੇ ਨਾਲ ਜੋ ਵੀ ਲੋਕਲ ਪਿੰਡਾਂ ਦੇ ਪਲੇਅਰ ਨੇ ਸਾਰੇ ਇੱਥੇ ਆਏ ਹੋਏ। ਸੁਣ ਚ ਆਇਆ ਵੀ ਜਿਹੜੇ ਖਿਡਾਰੀ ਆਪਣੇ ਕੋਲ ਕੈਂਪ ਲਾਉਂਦੇ ਨੇ, ਖਿਡਾਰੀ ਵਧੀਆ ਖੇਡਦੇ ਪਏ ਨੇ, ਵਧੀਆ ਪ੍ਰਦਰਸ਼ਨ ਹੁੰਦਾ? ਹਾਂ, ਕਿਰਪਾ ਬਾਬੇ ਨਾਨਕ ਦੀ, ਬਾਕੀ ਪਲੇਅਰਾਂ ਦੀ ਮਿਹਨਤ ਹੈ। 3 ਸਾਲ ਤੋਂ ਇਹ ਕੈਂਪ ਚੱਲਦਾ ਆ ਰਿਹਾ ਤੇ ਜਿਹੜੇ ਵੀ ਤਕਰੀਬਨ ਖਿਡਾਰੀ ਨੇ ਜਿਨ੍ਹਾਂ ਨੇ ਪ੍ਰੈਕਟਿਸ ਕੀਤੀ ਹੈ, ਤਕਰੀਬਨ ਵਧੀਆ ਪ੍ਰਦਰਸ਼ਨ ਹੋਇਆ ਹਰ ਸੀਜ਼ਨ ਦੇ ਵਿੱਚ ਉਹਨਾਂ ਦਾ। ਐਤਕੀ ਵੀ ਜਿੰਨੇ ਪਲੇਅਰ ਇੱਥੇ ਆਏ ਨੇ ਤਕਰੀਬਨ ਸਾਰੇ ਹੀ ਵਧੀਆ ਪ੍ਰੈਕਟਿਸ ਕਰ ਰਹੇ ਨੇ, ਤੇ ਬਾਕੀ ਜਦੋਂ ਸੀਜ਼ਨ ਚੱਲੂਗਾ ਦੇਖਦੇ ਹਾਂ ਬਾਬੇ ਨਾਨਕ ਦੀ ਕੀ ਕਿਰਪਾ ਹੁੰਦੀ ਆ। ਜਿਵੇਂ ਸਾਨੂੰ ਪਤਾ ਲੱਗਿਆ ਵੀ ਤੁਹਾਡੇ ਤੋਂ ਬਹੁਤ ਜ਼ਿਆਦਾ ਮਾੜਾ ਸਮਾਂ ਆ ਗਿਆ ਸੀ, ਤੁਸੀਂ ਵੀ ਕਬੱਡੀ ਨਾਲੋਂ ਗਰਾਊਂਡ ਨਾਲੋਂ ਬਹੁਤ ਜ਼ਿਆਦਾ ਵਿਛੜ ਗਏ ਸੀ, ਘਰ ਨਾਲੋਂ ਵਿਛੜ ਗਏ ਸੀ, ਇਸ ਚੀਜ਼ ਬਾਰੇ ਵੀ ਜ਼ਰੂਰ ਦੱਸੋ। ਏਦਾਂ ਜੀ, ਕੁਛ ਤਾਂ ਜ਼ਿੰਦਗੀ 'ਚ ਸੱਟਾਂ ਲੱਗ ਜਾਂਦੀਆਂ, ਘਰੇਲੂ ਸੱਟਾਂ ਵੱਜ ਜਾਂਦੀਆਂ ਕੁਛ, ਅਤੇ ਕਿਡਨੀਆਂ ਡੈਮੇਜ ਹੋ ਗਈਆਂ 70%, ਅਤੇ ਡਾਕਟਰ ਉਸ ਟਾਈਮ ਜਵਾਬ ਦੇ ਗਏ ਸੀ ਕਿ ਵੀ ਤੇਰਾ ਟਾਈਮ ਘੱਟ ਹੀ ਆ, ਮਤਲਬ 5-7 ਸਾਲ ਤੂੰ ਜਿਉਂ ਸਕਦਾ, ਪਰ ਬਾਬੇ ਨਾਨਕ ਦੀ ਕਿਰਪਾ ਇੰਨੀ ਜ਼ਿਆਦਾ ਰਹੀ ਆ, ਬਾਕੀ ਇਹ ਆਪਾਂ ਸੇਵਾ ਕਰ ਰਹੇ ਹਾਂ, ਬੱਚਿਆਂ ਦੀ ਦੁਆਵਾਂ ਨੇ ਆਪਣੇ ਨਾਲ, ਅਤੇ ਅੱਜ ਤੰਦਰੁਸਤ ਆ ਪੂਰੇ, ਬਿਲਕੁਲ ਨੋਵਾ ਕੋਈ ਸਭ ਕੁਛ ਓਕੇ ਹੈ ਬਾਬੇ ਦੀ ਕਿਰਪਾ। ਜਿਵੇਂ ਕਹਿੰਦੇ ਬਾਗ ਨੂੰ ਫੁੱਲਾਂ ਦੀ ਜ਼ਰੂਰਤ ਹੁੰਦੀ ਹੈ, ਉਵੇਂ ਕਹਿੰਦੇ ਇੱਕ ਮੈਦਾਨ ਨੂੰ ਖਿਡਾਰੀਆਂ ਦੀ ਜ਼ਰੂਰਤ ਹੁੰਦੀ ਹੈ। ਅਸੀਂ ਪਹਿਲਾਂ ਵੀ ਇੱਥੇ ਰਹਿ ਕੇ ਵੇਖਿਆ, ਸਾਨੂੰ ਪਤਾ ਲੱਗਿਆ ਵੀ ਖਿਡਾਰੀ ਇੱਥੇ ਨਹੀਂ ਸੀ, ਖਿਡਾਰੀਆਂ ਦਾ ਹੋਣਾ ਇੱਕ ਵਧੀਆ ਕੋਚ ਦੀ ਵੀ ਮਿਹਰਬਾਨੀ ਹੈ, ਤੇ ਜਿਵੇਂ ਆਈ ਵਾਰ ਖਿਡਾਰੀ ਵੱਧਦੇ ਪਏ ਨੇ ਜਾਂ ਖਿਡਾਰੀਆਂ ਘੱਟਦੇ ਪਏ ਨੇ? ਖਿਡਾਰੀ ਤਾਂ ਦਿਨੋ ਦਿਨ ਵੱਧ ਰਹੇ ਨੇ, ਮੂਣਕ ਦੀ ਟੀਮ ਪਹਿਲਾਂ ਬੜੀ ਤਕੜੀ ਰਹੀ ਹੈ ਸਮੇਂ ਦੇ ਹਿਸਾਬ ਨਾਲ, ਕੁਛ ਕੁ ਮਤਲਬ ਉਹ ਆ ਜਾਂਦੇ ਜਿਵੇਂ ਸੀਨੀਅਰ ਪਲੇਅਰ ਖੇਡਣੋਂ ਹਟ ਗਏ ਤੇ ਨਵੀਂ ਪਨੀਰੀ ਆਪਣੇ ਆਪ ਹੀ ਹਟ ਗਈ ਪਿੱਛੇ ਨੂੰ। ਹੁਣ ਜਦੋਂ ਜਿਉਂ ਜਿਉਂ ਮੂਣਕ ਦੇ ਵਿੱਚ ਕੈਂਪ ਲੱਗਿਆ ਤੇ ਜਿਹੜੇ ਨਵੇਂ ਬੱਚੇ ਨੇ ਵੱਡੇ ਪਲੇਅਰ ਨੂੰ ਦੇਖਦੇ ਨੇ ਖੇਡਦੇ, ਉਹ ਆਪਣੇ ਆਪ ਹੀ ਆ ਜਾਂਦੇ ਨੇ, ਉਹ ਤੋਂ ਤਕੜਾ ਹੋਣ ਲੱਗੇ ਨੇ। ਹੁਣ ਵੀ ਹੁਣ ਮੂਣਕ ਦੀ ਟੀਮਾਂ ਥੋੜਾ ਵਧੀਆ ਪ੍ਰਦਰਸ਼ਨ ਕਰਨ ਲੱਗਿਆ। ਵਧੀਆ ਪਲੇਅਰ ਜਿਹੜੇ ਆਪਣੇ ਇੱਥੇ ਵਧੀਆ ਖੇਡ ਕੇ ਗਏ ਹੁਣ ਕਿਹੜੇ ਕਿਹੜੇ ਨੇ ਜੀ ਉਹਨਾਂ ਦੇ ਨਾਮ? ਜਿੱਦਾਂ ਆਪਣੇ ਕੋਲ ਹੁਣ ਵਧੀਆ ਕਾਕਾ ਮਿਉਂ ਦਾ, ਅਵਤਾਰ ਸਿੰਘ ਹੈ, ਬਬਲੀ ਫੁੱਲ ਦਾ, ਗੁਰਪ੍ਰੀਤ ਆ, ਤੇ ਆਪਣਾ ਲਾਡੀ ਮਣਿਆਣਾ ਅੰਕੁਰ ਹੈ, ਅਜੇ ਹੈ ਬਡਾਲੇ ਤੋਂ, ਤੇ ਗੌਰਵਪੁਰੀ ਨੇ ਬਹੁਤ ਵਧੀਆ ਪ੍ਰਦਰਸ਼ਨ ਰਿਹਾ, ਬੂਟਾ ਹੈਗਾ ਮੁਣਕਾ ਰਿੰਕੂ ਸਧਾਣੀ ਵਾਲਾ ਹੋਇਆ, ਇਹ ਸਾਰੇ ਬੱਚੇ ਆਪਣੇ ਕੋਲ ਪ੍ਰੈਕਟਿਸ ਕਰਕੇ ਗਏ ਨੇ ਤੇ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਨੇ। ਹਾਂਜੀ, ਇਹਨਾਂ ਨੂੰ ਜਿਹੜੀਆਂ ਹੁਣ ਮੁਸ਼ਕਲਾਂ ਆ ਰਹੀਆਂ ਨੇ, ਗਰਾਊਂਡ ਵਧੀਆ ਹੈ, ਅੱਜ ਦੇ ਸਮੇਂ 'ਚ ਘਰ ਦੀ ਕਬੀਲਦਾਰੀ ਚਲਾਉਣੀ ਬਹੁਤ ਔਖੀ ਹੈ, ਸੋ ਇਹਨਾਂ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ? ਤਕਰੀਬਨ ਖਿਡਾਰੀ ਨੂੰ ਇੱਕੋ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ, ਉਹ ਹੈ ਡਾਇਟ। ਆਰਥਿਕ ਪੱਖੋਂ ਕਮਜ਼ੋਰ ਨੇ, ਆਪਣਾ ਮਾਲਵਾ ਏਰੀਆ ਦੁਆਬੇ ਦੇ ਵਿੱਚ ਤਾਂ ਸਪੌਂਸਰ ਬਹੁਤ ਜ਼ਿਆਦਾ ਨੇ, ਆਪਣੇ ਮਾਲਵੇ ਦੇ ਵਿੱਚ ਪਲੇਅਰ ਸਪੌਂਸਰ ਹੈਗੇ ਨੇ ਪਰ
ਘੱਟ ਸਪੋਰਟ ਕਰ ਰਹੇ ਨੇ, ਜਿੱਦਾਂ ਕਿ ਪਲੇਅਰ ਬਹੁਤ ਤਕੜੇ ਨੇ, ਮਿਹਨਤ ਫੁੱਲ ਕਰਦੇ ਨੇ, ਇਹਨਾਂ ਨੂੰ ਥੋੜੀ ਆਰਥਿਕ ਪੱਖੋਂ ਹਾਲਤ ਜ਼ਿਆਦਾ ਕਮਜ਼ੋਰ ਹੈ ਤੇ ਖੁਰਾਕ ਪੱਖੋਂ ਮਾਰ ਖਾ ਰਹੇ ਨੇ। ਹਾਂ ਬਸ ਇਹ ਚੀਜ਼ ਦੀ ਸਾਨੂੰ ਜ਼ਿਆਦਾ ਵੀ ਕੋਈ ਜਿੱਦਾਂ NRI ਕੋਈ ਸਪੋਰਟ ਕਰੇ, ਬਾਕੀ ਉੱਦਾਂ ਸਾਡੇ ਭਾਜੀ ਹੋਰ ਸਾਰੇ ਆਪਣਾ ਸ਼ਹੀਦ ਸਟੇਡੀਅਮ ਜਿਹੜਾ ਵੈਲਫੇਅਰ ਸੋਸਾਇਟੀ, ਇਹ ਵੀ ਸਾਡੀ ਬੜੀ ਸਹਿਯੋਗ ਕਰਦੇ ਆ ਨਾਲ ਇੱਥੇ, ਤੇ ਬਾਕੀ ਬਲਜੀਤ ਭਾਜੀ ਆ, ਜਖਮੀ ਭਾਜੀ ਆ, ਅਵਤਾਰ ਭਾਜੀ ਤੇ ਬੱਬੂ ਭਾਜੀ ਹੋਰੀ, ਸਾਰੇ ਸਾਡੇ ਬਹੁਤ ਜ਼ਿਆਦਾ ਸਹਿਯੋਗ ਕਰਦੇ ਆ, ਸਾਡੇ ਨਾਲ ਖੜੇ ਨੇ। ਬਿਲਕੁਲ ਜੀ ਬਿਲਕੁਲ। ਹਾਂਜੀ, ਜਿਹੜੀ ਇਹ ਪ੍ਰੈਕਟਿਸ ਹੈ ਇਹ ਸਵੇਰੇ ਸ਼ਾਮ ਚੱਲਦੀ ਹੈ ਜਾਂ ਇੱਕੋ ਟਾਈਮ? ਨਹੀਂ ਨਹੀਂ, ਸਵੇਰੇ 5 ਤੋਂ 7:30 ਵਜੇ ਤੱਕ, 2.5 ਘੰਟੇ ਸਵੇਰੇ ਚੱਲਦੀ ਹੈ, 2.5 ਘੰਟੇ ਸ਼ਾਮ ਨੂੰ ਚੱਲਦੀ ਹੈ, ਦੋਵੇਂ ਟਾਈਮ ਮਿਹਨਤ ਫੁੱਲ ਆ। ਤੇ ਰਹਿਣ ਦਾ ਪ੍ਰਬੰਧ ਵੀ, ਖਾਣ ਪੀਣ ਦਾ ਪ੍ਰਬੰਧ ਤੇ ਚਲੋ ਇਹਨਾਂ ਦਾ ਆਪਦਾ ਹੈ, ਤੇ ਰਹਿਣ ਦਾ ਜੀ? ਖਿਡਾਰੀਆਂ ਦੇ ਰਹਿਣ ਦਾ ਜਿੱਦਾਂ ਸਟੇਡੀਅਮ ਦੇ ਵਿੱਚ ਸਾਡੇ ਕਮਰੇ ਬਣੇ ਹੋਏ ਨੇ, ਇਹਨਾਂ ਦੇ ਵਿੱਚ ਰਹਿਸ਼ ਹੈ, ਤੇ ਬਾਕੀ ਜਿਹੜੇ ਲੋਕਲ ਨੇ ਉਹ ਆਪਣੇ ਪਿੰਡਾਂ ਪੁੰਡਾਂ ਤੋਂ ਆਉਂਦੇ ਨੇ, ਉਹਨਾਂ ਨੂੰ ਰੋਟੀ ਪਾਣੀ ਇੱਥੋਂ ਸਾਰਾ ਦਿੰਦੇ ਆਪਾਂ। ਕੋਈ ਹੋਰ ਸਪੋਰਟ ਕਰਦਾ ਹੋਏ ਕੋਈ ਸਟੇਡੀਅਮ ਜਾਂ ਕੋਈ ਇੱਧਰ ਉੱਧਰ ਦੀ ਕੋਈ ਸੋਸਾਇਟੀ ਵਗੈਰਾ ਜਾਂ ਕਿਸੇ ਤਰ੍ਹਾਂ ਦੀ? ਹੋਰ ਤਾਂ ਜਿੱਦਾਂ ਸਾਨੂੰ ਬਸ ਆਹੀ ਸਪੋਰਟ ਭਾਜੀ ਹੋਰੀ ਹੋ ਗਈ, ਤਾਂ ਆਪਣਾ ਸ਼ਹੀਦ ਊਧਮ ਸਿੰਘ ਸਟੇਡੀਅਮ ਵੈਲਫੇਅਰ ਸੋਸਾਇਟੀ, ਇਹਨਾਂ ਦੀ ਬਸ ਇੱਥੇ ਸਪੋਰਟ ਆ ਸਾਨੂੰ ਰਹਿਣ ਦੀ, ਬੜੀ ਫੁੱਲ ਸਪੋਰਟ ਹੈ। ਬਿਲਕੁਲ ਜੀ ਬਿਲਕੁਲ। ਹਾਂਜੀ, ਬਾਕੀ ਹੋਰ ਜਿੱਦਾਂ ਸਾਨੂੰ ਸਾਡੇ ਮਿੱਤਰ ਪਿਆਰੇ ਜਿੱਦਾਂ ਵਾਸੁਦੇਵ ਹੋਰੀ ਠੇਕੇਦਾਰ ਨੇ, ਘਿਓ ਘਿਓ ਦੀ ਸੇਵਾ ਕਰਦੇ ਨੇ, ਪਿਛਲੀ ਵਾਰ ਬਲਜੀਤ ਭਾਜੀ ਨੇ ਸੇਵਾ ਕੀਤੀ ਹੈ, ਤੇ ਆਪਣੇ ਕੈਨੇਡਾ ਤੋਂ ਫੁੱਫੜ ਹੋਰੀ ਨੇ, ਉਹਨਾਂ ਨੇ ਬੜੀ ਸੇਵਾ ਕੀਤੀ ਸੀ। ਬਿਲਕੁਲ ਜੀ ਬਿਲਕੁਲ। ਹਾਂਜੀ, ਇੱਕ ਰੈਫਰੀ ਦੀ ਲਾਈਫ ਹੈ ਜਿਹੜੀ ਬਹੁਤ ਔਖੀ ਹੈ, ਇੱਕ ਪਲੇਅਰ ਦੀ ਚਲੋ ਪ੍ਰੈਕਟਿਸ ਕਰਕੇ ਡਾਈਟ ਲੈ ਕੇ ਹੋ ਜਾਂਦਾ, ਰੈਫਰੀ ਲਈ ਵੀ ਬਹੁਤ ਔਖਾ ਹੈ ਜਾਣਾ ਟੂਰਨਾਮੈਂਟਾਂ ਤੇ, ਰਾਤ ਨੂੰ 12-12 ਇੱਕ ਇੱਕ ਵਜੇ ਆਉਣਾ, ਇਹ ਚੀਜ਼ ਬਾਰੇ ਵੀ ਦੱਸੋ ਜ਼ਰੂਰ, ਕਿਉਂਕਿ ਤੁਹਾਡਾ ਇਸੇ ਚੀਜ਼ ਤੋਂ ਹੀ ਜ਼ਿੰਦਗੀ ਗੁਜ਼ਰਦੀ ਪਈ ਹੈ, ਸਮਾਂ ਗੁਜ਼ਰਦਾ ਪਿਆ। ਮੈਂ ਜਿੱਦਾਂ ਕਿ ਕਬੱਡੀ ਖੇਡਿਆ 20-22-25 ਸਾਲ ਵਾਂਗੂ ਕਬੱਡੀ ਖੇਡਿਆ, ਉਦੋਂ ਬਾਅਦ ਚਲੋ ਗੋਡੇ ਦੇ ਓਪਰੇਸ਼ਨ ਹੋ ਗਏ 2-3, ਤੇ ਜਿੱਦਾਂ ਕਿਡਨੀਆਂ 'ਚ ਪ੍ਰੋਬਲਮ ਆ ਗਈ ਸੀ, ਤੇ ਉਦੋਂ ਬਾਅਦ ਫਿਰ ਆਪਾਂ ਕਬੱਡੀ ਥੋੜ੍ਹਾ ਦੂਰ ਹੋਣਾ ਪੈ ਗਿਆ, ਖੇਤੀ ਵੱਲ ਨੂੰ ਚਲੇ ਗਏ, ਫਿਰ ਕਿਉਂਕਿ ਕਬੱਡੀ ਦੂਰ ਹੋਣਾ ਬਹੁਤ ਔਖੀ ਗੱਲ ਹੈ, ਫਿਰ ਆਪਾਂ ਸੋਚਿਆ ਵੀ ਕਿਉਂ ਨਾ ਆਪਾਂ ਗੇਮ ਕੀਤੀ ਹੈ ਤੇ ਰੈਫਰੀ ਕਰੀਏ। ਹੁਣ ਰੈਫਰੀ ਕਰਦੇ ਹਾਂ, ਰੈਫਰੀ ਦੇ ਵਿੱਚ ਵੀ ਕੋਈ ਇੰਨੀ ਜ਼ਿਆਦਾ ਮਤਲਬ ਇੱਜ਼ਤ ਜੀ ਨਹੀਂ ਦਿੰਦੇ ਹੈਗੀਆਂ ਕਮੇਟੀਆਂ ਵੀ ਤੇ ਪਲੇਅਰ ਵੀ, ਕਿਉਂਕਿ ਰੈਫਰੀ ਕੋਈ ਰੱਬ ਦਾ ਹੁੰਦਾ ਨਹੀਂ ਹੈਗਾ, ਕੋਈ ਗਲਤੀ ਸ਼ਲਤੀ ਹੋ ਜਾਂਦੀ ਹੈ, ਪਰ ਇੰਨੀ ਰਿਸਪੈਕਟ ਜੀ ਨਹੀਂ ਹੈਗੀ, ਕਿਉਂਕਿ ਔਖਾ ਵੀ ਬਹੁਤ ਹੈ, ਰਾਤ ਨੂੰ 12-1 ਵਜੇ ਮੈਚ ਖਤਮ ਹੁੰਦਾ, ਇਕੱਲਾ ਕੋਈ ਬੰਦਾ ਰੈਫਰੀ ਹੁੰਦਾ, ਮੋਟਰਸਾਈਕਲ ਤੇ ਆਉਣਾ ਹੁੰਦਾ, ਤੇ ਕਈ ਰੈਫਰੀ ਨਾਲ ਬਣਿਆ ਵੀ ਏਦਾਂ। ਉਸ ਤੋਂ ਬਾਅਦ ਜਦੋਂ ਰੈਫਰੀਆਂ ਨੂੰ ਪੈਸੇ ਦੇਣ ਦੀ ਗੱਲ ਹੁੰਦੀ ਹੈ, ਕਲੱਬਾਂ ਵਾਲੇ ਬਹੁਤ ਘੱਟ ਦਿੰਦੇ ਨੇ, ਕੀ ਇਹ ਗੱਲ ਸੱਚ ਹੈ? ਇਹ ਗੱਲ ਸੱਚ ਹੈ, ਤੇ ਕਈ ਕਮੇਟੀ ਤਾਂ ਵਧੀਆ ਪੈਸੇ ਵੀ ਦਿੰਦੀਆਂ ਨੇ ਤੇ ਰਿਸਪੈਕਟ ਵੀ ਕਰਦੀਆਂ ਨੇ, ਪਰ ਕੁਛ ਕੁ ਜਿਹੜੀਆਂ ਕਮੀਆਂ ਨੇ ਉਹ ਰੈਫਰੀਆਂ ਦੇ ਵਿੱਚ ਵੀ ਨੇ, ਜਿਹੜਾ ਆਪਣਾ ਲੈਵਲ ਦੇਖ ਕੇ ਮੈਚ ਜਾਂਦੇ ਨੇ, ਉਦਾਂ ਦਾ ਰੈਫਰੀ ਦਾ ਜਿਹੜਾ ਰੋਲ ਹੈ ਕਬੱਡੀ ਦੇ ਵਿੱਚ ਅਹਿਮ ਰੋਲ ਹੈ, ਰੈਫਰੀ ਤੋਂ ਬਿਨਾਂ ਨਾ ਮੈਚ ਸਟਾਰਟ ਹੋ ਸਕਦਾ ਤੇ ਨਾ ਹੀ ਖਤਮ ਹੋ ਸਕਦਾ, ਇਸ ਕਰਕੇ ਰੈਫਰੀ ਦੇ ਪੈਸੇ ਬਹੁਤ ਜ਼ਿਆਦਾ, ਉਹਨਾਂ ਦੇ ਕੰਮ ਦੇ ਹਿਸਾਬ ਨਾਲ ਬਹੁਤ ਘੱਟ ਨੇ। ਆਉਣ ਵਾਲੇ ਸਮੇਂ 'ਚ ਤੁਸੀਂ ਇਹਨਾਂ ਖਿਡਾਰੀਆਂ ਤੋਂ ਕੀ ਉਮੀਦ ਰੱਖ ਰਹੇ ਹੋ? ਆਉਣ ਵਾਲੇ ਸਮੇਂ ਤੋਂ ਮੈਂ ਇਹਨਾਂ ਖਿਡਾਰੀਆਂ ਤੋਂ ਉਮੀਦ ਕਰਦਾ ਕਿ ਇਹ ਤਕੜੇ ਹੋਣ, ਜਦੋਂ ਤਕੜੇ ਹੋਣਗੇ ਕਬੱਡੀ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਆਪਣੇ ਆਪ ਹੀ ਅਮੀਰ ਹੋ ਜਾਣਾ ਇਹਨਾਂ ਦੇ, ਆਪਦੀ ਖੁਰਾਕ ਦਾ ਸਾਰਾ ਇਹਨਾਂ ਦਾ ਆਪਣੇ ਆਪ ਹੀ ਬਣ ਜਾਣਾ, ਕਿਉਂਕਿ ਪਲੇਅਰ ਇੱਕ ਸੀਜ਼ਨ ਦੇ ਵਿੱਚ ਤਕੜਾ ਹੋ ਗਿਆ, ਉਦੋਂ ਬਾਅਦ ਉਹਨੂੰ ਸਪੋਰਟ ਮਿਲਣ ਲੱਗ ਜਾਂਦੀ ਹੈ, ਕਿਉਂਕਿ ਸੋਸ਼ਲ ਮੀਡੀਆ ਜ਼ਮਾਨਾ ਹੈ, ਸੋਸ਼ਲ ਮੀਡੀਆ ਦੇ ਇੱਕ ਵਾਰੀ ਪਲੇਅਰ ਛਾ ਗਿਆ ਤਾਂ ਉਹਨੂੰ ਆਟੋਮੈਟਿਕਲੀ NRI ਵੀਰ ਵੀ ਤੇ ਹੋਰ ਕਲੱਬਾਂ ਵੀ ਬਹੁਤ ਸਪੋਰਟ ਕਰਨ ਲੱਗ ਜਾਂਦੇ। ਜਿਵੇਂ ਕਿ ਅਸੀਂ ਪਹਿਲਾਂ ਵੀ ਵੇਖਦੇ ਆ ਰਹੇ ਸੀ ਖਿਡਾਰੀਆਂ 'ਚ ਨਾ ਇੱਕ ਅਲੱਗ ਸਿਸਟਮ ਹੁੰਦਾ ਸੀ, ਹੁਣ ਇਹ ਖਿਡਾਰੀਆਂ ਦਾ ਪਤਾ ਵੀ ਨਹੀਂ ਲੱਗਦਾ ਪਿਆ ਵੀ ਇੱਥੇ ਖਿਡਾਰੀ ਹੈਗੇ ਵੀ ਨੇ ਕਿ ਨਾ, ਵੀ ਇੱਕ ਸਿੰਪਲ ਸਾਦੇ ਤਰੀਕੇ ਨਾਲ ਰਹਿੰਦੇ ਪਏ ਨੇ, ਬੋਲਦੇ ਨਹੀਂ ਪਏ, ਇਹ ਕੰਟਰੋਲ ਤੁਹਾਡੀ ਵਜ੍ਹਾ ਕਰਕੇ ਜਾਂ ਖੁਦ ਹੀ ਇਹ ਸਿਆਣੇ ਨੇ? ਇਹ ਤਾਂ ਮੈਂ ਕਹਾਂਗਾ ਕਿ ਮੇਰੇ ਪਲੇਅਰ ਹੀ ਜਿੰਨੇ ਹੈਗੇ ਨੇ 3 ਸਾਲ ਤੋਂ ਜਿੰਨੇ ਆਏ ਨੇ ਸਾਰੇ ਹੀ ਬਹੁਤ ਸਿਆਣੇ ਬੀਬੇ ਬੱਚੇ ਨੇ, ਅੱਜ ਤੱਕ 3 ਸਾਲ ਦੇ ਵਿੱਚ ਮੈਨੂੰ ਇੱਥੇ ਕਿਸੇ ਬੱਚੇ ਦੀ ਕੋਈ ਸ਼ਿਕਾਇਤ ਨਹੀਂ, ਤੇ ਮੈਂ ਆਸ ਕਰਾਂਗਾ ਕਿ ਅੱਗੇ ਵੀ ਕੋਈ ਇਹਨਾਂ ਦੀ ਸ਼ਿਕਾਇਤ ਨਹੀਂ ਆਊਗੀ,
ਇਹ ਆਉਂਦੇ ਨੇ ਤੇ ਸਿਰਫ ਇਹ ਮਿਹਨਤ ਤੱਕ ਹੀ ਧਿਆਨ ਦਿੰਦੇ ਨੇ, ਬਹੁਤ ਸਿਆਣੇ ਬੱਚੇ ਨੇ ਤੁਹਾਡੇ ਕੋਲ ਉਹਨੇ ਆ ਤੇ ਤੁਸੀਂ ਦੱਸੋ ਹੁਣ ਕੋਈ ਤੁਹਾਡਾ ਇੱਥੇ ਪਲੇਅਰ ਹੋਏ ਗੱਲ ਕਰਨ ਦਾ ਚਾਹਵਣ? ਹਾਂਜੀ ਹਾਂਜੀ, ਇੱਥੇ ਅਵਤਾਰ ਸਿੰਘ, ਅਵਤਾਰ ਸਿੰਘ ਜੀ ਬੈਠੇ ਨੇ, ਅਵਤਾਰ ਸਿੰਘ ਜੀ ਸਲੇਮਗੜ੍ਹ ਤੋਂ। ਹਾਂ ਹਾਂ ਹਾਂਜੀ, ਅਵਤਾਰ ਸਿੰਘ ਜੀ ਕੀ ਹਾਲ ਚਾਲ ਨੇ ਵੀਰਾ? ਵਧੀਆ ਵੀਰੇ, ਵਧੀਆ ਬਾਈ। ਜਿਵੇਂ ਬਾਈ ਬੂੰਦੀ ਨੇ ਗੱਲਾਂ ਸੁਣਾਈਆਂ ਦੱਸੀਆਂ, ਤੁਸੀਂ ਵੀ ਦੱਸਣਾ ਚਾਹੋਗੇ ਕੈਂਪ ਬਾਰੇ? ਕੈਂਪ ਬਹੁਤ ਵਧੀਆ ਚੱਲ ਰਿਹਾ, ਹਰ ਸਾਲ ਤੋਂ ਇਹ ਪੰਜਵੇਂ ਮਹੀਨੇ ਤੋਂ ਸ਼ੁਰੂ ਹੋ ਜਾਂਦਾ ਤੇ ਪਹਿਲੇ ਮੰਥ ਹੀ ਇੰਨੇ ਬੱਚੇ ਆ ਜਾਂਦੇ ਨੇ ਵੀ ਇੱਕ ਵਾਰ ਤਾਂ ਕੁਛ ਬੱਚਿਆਂ ਨੂੰ ਜਵਾਬ ਵੀ ਦੇਣਾ ਪੈ ਜਾਂਦਾ ਵੀ ਸਾਡੇ ਕੋਲ ਜਗ੍ਹਾ ਨਹੀਂ ਰਹਿ, ਇਸਦਾ ਪ੍ਰਬੰਧ ਨਹੀਂ ਹੋ ਰਹੀ। ਬਹੁਤ ਵਧੀਆ ਸਹੂਲਤਾਂ ਨੇ ਮੇਰੇ, ਹਰ ਇੱਕ ਤਰ੍ਹਾਂ ਦਾ ਪ੍ਰੋਪਰ ਪ੍ਰੈਕਟਿਸ, ਡਾਇਟ ਪ੍ਰੋਪਰ ਸਾਰੀ ਨੌਲੇਜ, ਜਿੰਨੇ ਇੱਕ ਤਰ੍ਹਾਂ ਦਾ ਬਾਈ ਉਸਤਾਦ ਹੈਗਾ ਸਪੋਰਟ ਕਰਦਾ। ਐਤਕੀ ਉਮੀਦ ਹੈ ਫਿਰ ਵਧੀਆ ਖੇਡੋਗੇ? ਹਾਂ ਹਾਂ, ਪੂਰੀ ਵਧੀਆ ਪ੍ਰਦਰਸ਼ਨ ਹੋਏਗਾ, ਪੂਰਾ ਫਿਰ ਬਿਲਕੁਲ ਵਧੀਆ ਹੋਊਗਾ। ਹੁਣ ਚੱਲਦੇ ਹਾਂ ਅਗਲੇ ਬਾਈ ਕੋਲ, ਕਾਕਾ ਇੱਥੇ ਮਿਉਂਦ ਵਾਲਾ ਬੈਠਾ ਭਰਾ, ਇਹਦੇ ਨਾਲ ਵੀ ਕਰਦੇ ਆ ਗੱਲ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਸਾਹਿਬ, ਹੋਰ ਠੀਕ ਠਾਕ ਜੀ? ਸਭ ਵਧੀਆ, ਤੁਸੀਂ ਦੱਸੋ। ਹਾਂਜੀ, ਤੁਸੀਂ ਕੈਂਪ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਆਪਣੇ ਕੈਂਪ ਲੱਗਿਆ, ਪੂਰਾ ਵਧੀਆ ਪੰਜਾਬ ਦਾ ਕੈਂਪ ਕਹਿ ਸਕਦੇ ਆ? ਬਾਈ ਪੂਰਾ ਵਧੀਆ। ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਬਾਈ ਬਹੁਤ ਵਧੀਆ ਕੈਂਪ ਆ, ਜੋ ਵੀ ਨੇੜੇ ਤੇੜੇ ਦਾ ਹੋਰ ਵੀ ਪਲੇਅਰ ਆ ਸਕਦਾ ਇੱਥੇ, ਬਹੁਤ ਵਧੀਆ ਬਾਈ ਪ੍ਰੈਕਟਿਸ ਲਵਾਉਂਦਾ, ਦਿਲੋਂ ਪ੍ਰੈਕਟਿਸ ਲਵਾਉਂਦਾ ਬਾਈ ਇੱਥੋਂ, ਤੇ ਬਹੁਤ ਵਧੀਆ। ਐਤਕੀ ਪ੍ਰਦਰਸ਼ਨ ਬਾਈ ਵਧੀਆ ਰਹੂਗਾ। ਹੋਰ ਬਾਈ ਬਬਲੀ, ਬਬਲੀ ਫੂਲ ਦੇ ਤੋਂ ਜੀ। ਹਾਂ ਬਬਲੀ ਫੂਲ ਦੇ ਨਾਲ ਕਰਦੇ ਆ ਗੱਲ ਬਾਈ ਨਾਲ। ਹੋਰ ਜੀ ਵੀਰ ਜੀ, ਕੀ ਹਾਲ ਚਾਲ ਨੇ? ਸਤਿ ਸ਼੍ਰੀ ਅਕਾਲ ਜੀ। ਵਧੀਆ, ਸਤਿ ਸ਼੍ਰੀ ਅਕਾਲ ਜੀ, ਵਧੀਆ। ਹੋਰ ਜੀ, ਤੁਸੀਂ ਵੀ ਮੈਨੂੰ ਲੱਗਦਾ 2-3 ਸਾਲਾਂ ਤੋਂ ਇੱਥੇ ਪ੍ਰੈਕਟਿਸ ਲਾ ਰਹੇ ਹੋ? ਹਾਂ ਜੀ, 2 ਸਾਲ ਹੋ ਗਏ ਮੈਨੂੰ ਲਾਉਂਦੇ ਨੂੰ। ਅੱਛਾ, ਪ੍ਰੈਕਟਿਸ ਲਾਉਂਦੇ ਨੂੰ ਤੇ ਹੁਣ ਆਪਣਾ ਕੀ ਚੱਲਦਾ ਪਿਆ ਇੱਥੇ, ਕਿਵੇਂ ਵਧੀਆ ਪ੍ਰੈਕਟਿਸ ਚੱਲਦੀ ਪਈ? ਪ੍ਰੈਕਟਿਸ ਵਧੀਆ ਚੱਲਦੀ ਪਈ ਆ, ਵਧੀਆ ਸਾਰਾ ਸਿਸਟਮ ਹੈ। ਪਿਛਲੇ ਸਾਲ ਦੀ ਬਜਾਏ ਐਤਕੀ ਕੁਝ ਰੰਗ ਨਵਾਂ? ਨਹੀਂ ਜੀ, ਸੇਮ ਹੀ ਹੈ, 2-3 ਸਾਲ ਹੋ ਗਏ, ਵਧੀਆ ਪ੍ਰੈਕਟਿਸ ਹੈ ਜੀ, ਸਵੇਰੇ ਸ਼ਾਮ ਹੁੰਦੀ ਹੈ ਜੀ। ਬਿਲਕੁਲ ਜੀ ਬਿਲਕੁਲ। ਇਹ ਬੂਟਾ ਸਿੰਘ ਬੈਠਾ ਹੈ, ਹੱਸਦਾ ਪਿਆ, ਹੱਸਣਾ ਬੂਟਾ ਸਿੰਘ, ਤੂੰ ਵੀ ਦੱਸ ਆਪਣੇ ਬਾਰੇ, ਕਿਉਂਕਿ ਹੁਣ ਬੂਟਾ ਸਿੰਘ ਨੂੰ ਜ਼ਰੂਰ ਪੁੱਛਾਂਗੇ, ਇਕੱਲਾ ਇੱਥੇ ਐ ਨਹੀਂ ਹੈਗਾ, ਦੰਦੀਆਂ ਕੱਢ ਕੇ ਤੁਰ ਗਏ। ਜ਼ਰੂਰ ਦੱਸੋ ਵੀ ਹਾਂ ਐਤਕੀ ਕਿਵੇਂ ਪ੍ਰੈਕਟਿਸ ਚੱਲਦੀ? ਵਧੀਆ ਪ੍ਰੈਕਟਿਸ ਚੱਲਦੀ ਹੈ ਬਾਈ। ਉਧਰ ਵੇਖੋ, ਕੋਈ ਐਤਕੀ ਮੈਚ ਮੂਚ ਮਾੜਾ ਮੋਟਾ? ਨਾ, ਵਧੀਆ ਖੇਡੇ ਬਾਈ ਮੈਚ ਸਾਰੇ, ਜਿੰਨੇ ਪ੍ਰੈਕਟਿਸ ਕਰਦੇ ਨੇ ਮੁੰਡੇ ਉਰੇ। ਹਾਂ ਵਧੀਆ, ਐਤਕੀ ਵਧੀਆ ਰਹੇਗਾ ਆਪਣਾ ਟੂਰਨਾਮੈਂਟ? ਹਾਂ ਵਧੀਆ ਬਾਈ। ਹਾਂ ਹੋਰ ਮੇਰਾ ਵੀਰ ਕੋਈ ਹੋਏ? ਇੱਕ ਹਰਿਆਣੇ ਤੋਂ ਵੀ ਰਹਿ ਸ਼ੀਲੂ, ਸ਼ੀਲੂ ਵਾਹ ਜੀ ਵਾਹ। ਹੋਰ ਜੀ ਵੀਰ ਜੀ, ਕੀ ਹਾਲ ਚੱਲਣੇ? ਠੀਕ ਆ ਬਾਈ। ਸ਼ੀਲੂ ਵੀਰ, ਤੇਰੀਆਂ ਬੜੀਆਂ ਗੱਲਾਂ ਹੁੰਦੀਆਂ ਪਹਿਣੇ, ਸਾਰੇ ਕਹਿੰਦੇ ਨੇ ਸ਼ੀਲੂ ਦਾ ਇੰਟਰਵਿਊ ਲਓ, ਸ਼ੀਲੂ ਦਾ। ਹੋਰ ਸੁਣਾਓ। ਠੀਕ ਆ ਬਾਈ, ਕਿਵੇਂ ਪ੍ਰੈਕਟਿਸ ਚੱਲਦੀ ਪਈ? ਬਾਈ ਵਧੀਆ ਚੱਲਦਾ ਪ੍ਰੈਕਟਿਸ। ਅੱਛਾ, ਪਿਛਲੀ ਵਾਰੀ ਕਿਵੇਂ ਦਾ ਰਿਹਾ ਆਪਣਾ ਪ੍ਰਦਰਸ਼ਨ? ਪਿਛਲੀ ਵਾਰੀ ਸਹੀ ਰਿਹਾ ਬਾਈ। ਐਤਕੀ ਇਹਕਾ ਦੇਖੋ ਬਾਬਾ ਜੀ ਦਾ। ਹਾਂ ਐਤਕੀ ਦੇਖੋ ਕੀ ਬਣਦਾ ਹੈ। ਹਾਂ ਠੀਕ ਹੈ ਜੀ। ਹੋਰ ਜੀ ਕੋਈ ਵੀਰ ਹੋਏ? ਹਾਂਜੀ, ਇੱਕ ਸਾਡੇ ਇੱਥੇ ਬਾਬਾ ਬਾਈ ਬਲਜੀਤ ਜੀ ਨੇ, ਇਹਨਾਂ ਨਾਲ ਵੀ ਕਰਦੇ ਆ ਗੱਲ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਹੋਰ ਠੀਕ ਠਾਕ? ਵਧੀਆ ਜੀ, ਬਹੁਤ ਵਧੀਆ ਜੀ। ਤੁਹਾਨੂੰ ਕਿਵੇਂ ਦਾ ਲੱਗਾ ਜੀ ਹੁਣ ਮਾਹੌਲ? ਬਹੁਤ ਵਧੀਆ ਲੱਗ ਰਿਹਾ ਜੀ। ਪਹਿਲਾਂ ਕਬੱਡੀ ਖੇਡ ਕੇ ਮਤਲਬ ਸਪੋਰਟਸ ਨੂੰ ਸਹਿਯੋਗ ਕੀਤਾ, ਤੇ ਹੁਣ ਕਬੱਡੀ ਖੇਡਣ ਤੋਂ ਬਾਅਦ ਰਿਟਾਇਰ ਹੋ ਕੇ ਗਰਾਊਂਡ 'ਚ ਆ ਕੇ ਅੱਗੇ ਛੋਟੀ ਪਨੀਰੀ ਨੂੰ ਮਤਲਬ ਹੈਲਪ ਕਰ ਰਿਹਾ, ਉਹਦੇ ਲਈ ਅੱਗੇ ਪਲੇਟਫਾਰਮ ਦੇ ਰਿਹਾ ਉਹਨਾਂ ਨੂੰ ਕਿ ਬੱਚੇ ਅੱਗੇ ਖੇਡ ਸਕਣ। ਤਨਦੇਹੀ ਨਾਲ ਮਤਲਬ ਲੱਗਾ ਹੋਇਆ, ਪਰਮਾਤਮਾ ਇਹਨੂੰ ਚੜ੍ਹਦੀ ਕਲਾ 'ਚ ਰੱਖੇ। ਜਿੰਨਾ ਕਾਲਾ ਦੁਆਲੇ ਦੇ ਸਹਿਯੋਗ ਨਾਲ ਮਤਲਬ ਸ਼ਹੀਦ ਊਧਮ ਸਿੰਘ ਵੈਲਫੇਅਰ ਸੁਸਾਇਟੀ ਬਣੀ ਹੋਈ ਹੈ ਗਰਾਊਂਡ ਦੀ, ਤੇ ਹੋਰ ਆਲਾ ਦੁਆਲਾ ਜਿਵੇਂ, ਕਿਉਂਕਿ ਕੋਈ ਵੀ ਕੰਮ ਹੈ ਕਿਸੇ ਇਕੱਲੇ ਦੇ ਕਰਨ ਨਾਲ ਨਹੀਂ ਹੁੰਦਾ, ਆਲੇ ਦੁਆਲੇ ਦੇ ਸਹਿਯੋਗ ਨਾਲ, ਭਾਈਚਾਰੇ ਦੇ ਸਹਿਯੋਗ ਨਾਲ, ਸਾਰਿਆਂ ਦੇ ਮਤਲਬ ਸਹਿਯੋਗ ਨਾਲ, ਪਲੇਅਰਾਂ ਦੇ ਅੱਗੋਂ ਨਵੀਂ ਪਨੀਰੀ ਦੇ ਸਹਿਯੋਗ ਨਾਲ ਸਾਰੇ ਕਾਰਜ ਚੱਲਦੇ ਨੇ, ਤੇ ਦੇਖਣ 'ਚ ਆ ਰਿਹਾ ਪਿਛਲੇ ਥੋੜੇ ਸਮੇਂ ਤੋਂ ਇਹਨੇ ਸ਼ੁਰੂ ਕੀਤੀ ਹੈ, ਤੇ ਦਿਨ ਬਰ ਦਿਨ ਫੁਲਕਾਰੀ ਮੈਂ ਤਾਂ ਕਾਫੀ ਟਾਈਮ ਬਾਅਦ ਆਉਣ ਦਾ ਮੌਕਾ ਮਿਲਿਆ ਜੇ ਦੇ ਸੱਦੇ ਤੇ, ਤੇ ਬਹੁਤ ਅੱਛਾ ਲੱਗ ਰਿਹਾ ਵੀ ਇੰਨੀ ਪਨੀਰੀ, ਇੰਨੇ ਬੱਚੇ ਮਤਲਬ ਦੇਖੋ, ਤੁਹਾਨੂੰ ਤੁਸੀਂ ਦੇਖ ਹੀ ਰਹੇ ਹੋ ਹਨਾ, ਬਿਲਕੁਲ। ਤੇ ਕਾਫੀ ਮੈਂ ਤਾਂ ਮੰਨਾਂਗਾ ਵੀ ਕਾਫੀ ਗਰੋਥ ਕਰ ਰਿਹਾ ਦਿਨ ਬਰ ਦਿਨ, ਤੇ ਬਾਕੀ ਪਰਮਾਤਮਾ ਇਹਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ, ਇਹੀ ਕਹਾਂਗੇ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ,
ਹਾਂਜੀ ਇੱਕ ਕਾਲਾ ਮਾਜਰਾ, ਇਹ ਕਾਲੇ ਮਾਜਰਾ ਕਾਲਾ ਮਾਜਰਾ ਇਹ ਵੀ ਖਿਡਾਰੀ ਤਗੜਾ ਬਹੁਤ, ਇਹਦੀ ਭੱਜ ਦੌੜ ਰਹਿੰਦੀ ਹੈ। ਹੋਰ ਕਾਲਾ ਸਿੰਘ ਕੀ ਹਾਲ ਚਾਲ? ਵਧੀਆ ਭਰਾ। ਅੱਛਾ ਆਪਾਂ ਫਿਰ ਵਧੀਆ ਖੇਡੇ ਪਿਛਲੀ ਵਾਰੀ ਮੈਚ, ਐਤਕੀ ਫਿਰ ਅੱਗੇ ਮਿਹਨਤ ਕਰ ਰਹੇ ਹਾਂ ਉਸਤਾਦ ਕੋਲੇ, ਬਾਲ ਬੂਲ ਐਤਕੀ ਸੈੱਟ ਰੱਖਣਗੇ? ਹਾਂ ਸੈੱਟ ਰੱਖਾਂ ਹੈ। ਮਿਹਨਤ ਦੀ ਪੂਰੀ ਤਿਆਰੀ ਹੈ? ਹਾਂ ਫੁੱਲ ਤਿਆਰੀ ਉਸਤਾਦ। ਅੱਛਾ ਹੋਰ ਲਾਡੀ ਬਾਈ? ਲਾਡੀ ਮੋਰ ਕਾਟ। ਹਾਂ ਇੱਕ ਲਾਡੀ ਵੀਰ ਕਮੋਰ ਕਾਟ, ਐਤਕੀ ਬਹੁਤ ਵਧੀਆ ਖੇਡਿਆ ਕਿੱਧਰ। ਅੱਛਾ ਹੋਰ ਲਾਡੀ ਵੀਰ ਕੀ ਹਾਲ ਚਾਲ ਨੇ ਜੀ? ਠੀਕ ਹੈ ਬਾਈ। ਅੱਛਾ ਪਿਛਲੀ ਵਾਰੀ ਆਪਣਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਕਬੱਡੀ ਓਪਨ ਚ, ਹਨਾ ਐਤਕੀ ਵਧੀਆ ਰਹੂਗਾ ਬਾਈ? ਬਾਬਾ ਐਤਕੀ ਕਿਵੇਂ ਢਿੱਲੇ ਲੱਗਦੇ ਪਏ ਹੋ? ਗੁਰਪ੍ਰੀਤ ਸਿੰਘ ਆਪਣਾ ਕਿਵੇਂ ਰਿਹਾ ਜੀ ਪ੍ਰਦਰਸ਼ਨ ਪਿਛਲੀ ਵਾਰ? ਵਧੀਆ ਰਿਹਾ ਬਾਈ। ਐਤਕੀ ਕੈਂਪ ਲਾ ਕੇ ਗਏ ਸੀ ਹਨਾ ਜੀ, ਤੇ ਐਤਕੀ ਕਿਵੇਂ ਰਹੇਗਾ ਜੀ? ਹੋਰ ਵਧੀਆ ਬਾਈ। ਵਧੀਆ ਰਹੇਗਾ ਜੀ, ਠੀਕ ਹੈ ਜੀ। ਸਾਰਿਆਂ ਚ ਅੱਗ ਭਰੀ ਪਈ ਹੈ, ਸਾਰੇ ਬੰਦੇ ਪੋਜ਼ਿਟਿਵ ਹੀ ਨੇ, ਜਿਹਨੂੰ ਵੀ ਪੁੱਛ ਲਈ ਕਹਿੰਦੇ ਪਏ ਨੇ ਵਧੀਆ ਪ੍ਰਦਰਸ਼ਨ ਰਿਹਾ ਤੇ ਐਤਕੀ ਉਸ ਤੋਂ ਵੀ ਵਧੀਆ ਰਹੇਗਾ। ਸ਼ਹੀਦ ਊਧਮ ਸਿੰਘ ਵੈਲਫੇਅਰ ਸੁਸਾਇਟੀ ਦੇ ਸਾਡੇ ਜਿਹੜੇ ਵੱਡੇ ਵੀਰ ਨੇ, ਮੇਨ ਆਗੂ ਨੇ ਸਾਡੇ, ਜਿਨ੍ਹਾਂ ਨੇ ਸਾਰੇ ਗਰਾਊਂਡ ਨੂੰ ਸੰਭਾਲਿਆ। ਜੇ ਆਪਾਂ ਪਹਿਲਾਂ ਦੀ ਗੱਲ ਕਰੀਏ, ਗਰਾਊਂਡ 'ਚ ਕੁਛ ਵੀ ਨਹੀਂ ਸੀ ਹੈਗਾ, ਗਰਾਊਂਡ ਦੀ ਕਾਫੀ ਹਾਲਤ ਖਰਾਬ ਸੀ, ਗਰਾਊਂਡ ਦਾ ਟਰੈਕ ਹੋਣਾ, ਗਰਾਊਂਡ 'ਚ ਦਰਖਤ ਹੋਣੇ, ਗਰਾਊਂਡ ਨੂੰ ਪੱਧਰ ਕਰਨਾ, ਵਾਲੀਬਾਲ ਦਾ ਗਰਾਊਂਡ ਦੇਣਾ, ਠੰਡਾ ਪਾਣੀ ਦੇਣਾ, ਮੋਟਰਾਂ ਦਾ ਪ੍ਰਬੰਧ ਕਰਨਾ, ਲਾਈਟਾਂ ਦਾ ਪ੍ਰਬੰਧ ਕਰਨਾ, ਮੈਂ ਕਹਿੰਦਾ ਜੇ ਆਪਾਂ ਇਕੱਲੀ ਇਕੱਲੀ ਚੀਜ਼ ਗਿਣਾਉਣ ਲੱਗ ਜਾਈਏ ਤਾਂ ਬਹੁਤ ਔਖਾ ਹੈ, ਕਿਉਂਕਿ ਸਾਰੇ ਸਟੇਡੀਅਮ ਦਾ ਪ੍ਰਬੰਧ ਕਰਨ ਵਾਲੇ ਹੀ ਇਹ ਵੱਡੇ ਵੀਰ ਨੇ। ਸੋ ਆਪਣੀ ਡਿਊਟੀ ਵੀ ਕਰਦੇ ਨੇ ਤੇ ਟਾਈਮ ਕੱਢ ਕੇ ਵੀ ਸਟੇਡੀਅਮ 'ਚ ਆਉਂਦੇ ਨੇ। ਇਹਨਾਂ ਦੀਆਂ ਮੈਂ ਸਾਰੀਆਂ ਗੱਲਾਂ ਜੋ ਇਹਨਾਂ ਨੇ ਦੱਸਣੀਆਂ ਸੀ ਮੈਂ ਦੱਸ ਹੀ ਦਿੱਤੀਆਂ ਨੇ, ਫਿਰ ਵੀ ਅਸੀਂ ਇਹਨਾਂ ਨੂੰ ਹੁਣ ਖਿਡਾਰੀਆਂ ਬਾਰੇ ਪੁੱਛਣੇ ਆ ਵੀ ਤੁਹਾਨੂੰ ਤੁਸੀਂ ਗਰਾਊਂਡ ਤਿਆਰ ਕਰਕੇ ਦੇ ਦਿੱਤਾ ਤੇ ਤੁਹਾਨੂੰ ਹੁਣ ਗਰਾਊਂਡ ਦਾ ਕਿਵੇਂ ਦਾ ਡਿਸਪਲਿਨ ਲੱਗਦਾ ਪਿਆ ਖਿਡਾਰੀਆਂ ਪੱਖੋਂ? ਖਿਡਾਰੀ ਜੀ, ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਜਿਹੜੇ ਕੋਚ ਬੁੰਦੀ ਜੀ ਨੇ ਇਹਨਾਂ ਨੂੰ ਵਧਾਈ ਦਿੰਦਾ ਕਿ ਇਹਨਾਂ ਨੇ ਇਹ ਸਟੇਡੀਅਮ ਦੇ ਵਿੱਚ ਆਪਣੀ ਜਿਹੜੀ ਟੀਮ ਹੈ, ਜਿਹੜੀ ਇਹਨਾਂ ਦੀ ਫਲਵਾੜੀ ਹੈ, ਇਹਨਾਂ ਨੇ ਇੱਥੇ ਆ ਕੇ ਬੜਾ ਸੋਹਣਾ ਮਾਹੌਲ ਬਣਾਇਆ, ਬੜਾ ਅੱਛਾ ਲੱਗਦਾ। ਜਿਹੜੇ ਵੱਖ ਵੱਖ ਲਾ ਲਓ, ਮੈਂ ਤਾਂ ਪਿੰਡਾਂ ਤੋਂ ਕਿ ਅਲੱਗ ਅਲੱਗ ਸਟੇਟ ਤੋਂ ਵੀ ਜਿਹੜੇ ਬੱਚੇ ਇੱਥੇ ਪ੍ਰੈਕਟਿਸ ਕਰਦੇ ਨੇ, ਬਹੁਤ ਵਧੀਆ ਡਿਸਿਪਲਿਨ ਦੇ ਵਿੱਚ ਇਹ ਸਰਵਾਈਵ ਕਰ ਰਹੇ ਨੇ। ਅਤੇ ਬਾਕੀ ਜਿਹੜੀ ਇਹਨਾਂ ਦੀ ਕੋਚਿੰਗ ਦੀ ਗੱਲ ਹੈ ਤਾਂ ਬੈਸਟ ਹੈ, ਰਿਜ਼ਲਟ ਤੁਸੀਂ ਦੇਖ ਹੀ ਲਏ, ਪਹਿਲਾਂ ਵੀ ਆ ਰਹੇ ਨੇ 2-3 ਸਾਲ ਤੋਂ, ਹੁਣ ਅੱਗੇ ਫਰਦਰ ਵੀ ਜਿਹੜਾ ਹੁਣ ਟੂਰਨਾਮੈਂਟ ਹੋਣਾ, ਜਿੱਥੇ ਜਿੱਥੇ ਪਰਫੋਰਮ ਕਰਨਗੇ ਇਹਨਾਂ ਦੇ ਜਿਹੜੇ ਪਲੇਅਰ ਨੇ ਤਾਂ ਉਹ ਸਾਹਮਣੇ ਆ ਜਾਣਾ। ਬਾਕੀ ਸਾਨੂੰ ਬੜਾ ਵਧੀਆ ਲੱਗਦਾ ਜਦੋਂ ਇਹਨਾਂ ਦੀ ਕੋਆਪਰੇਸ਼ਨ ਵੀ ਵਧੀਆ, ਡਿਸਿਪਲਿਨ ਹੈ, ਇਹਨਾਂ ਦੀ ਜਿਹੜੀ ਗਾਈਡੈਂਸ ਹੈ ਆਪਣੇ ਜਿਹੜੇ ਇਹਨਾਂ ਦੇ ਪਲੇਅਰ ਅਤੇ ਫਲਵਾੜੀ ਨੂੰ ਤਿਆਰ ਕਰ ਰਹੇ ਇਹਨਾਂ ਨੂੰ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਸਾਡੇ ਸਟੇਡੀਅਮ ਇੱਥੇ ਇਹਨਾਂ ਦਾ ਸਟੇਡੀਅਮ ਹੈ, ਸਾਡਾ ਨਹੀਂ ਹੈਗਾ, ਇਹ ਸਾਰੇ ਬੱਚਿਆਂ ਦਾ ਹੈ, ਤਾਂ ਅਸੀਂ ਤਾਂ ਸਿਰਫ ਇੱਕ ਸੇਵਾਦਾਰ ਅਸੀਂ ਸੇਵਾ ਕਰਨ ਵਾਲੇ, ਅਤੇ ਉਹ ਦੁਆ ਕਰਦੇ ਹਾਂ ਕਿ ਇਹ ਗਰਾਊਂਡ ਦੇ ਵਿੱਚੋਂ ਜਿਹੜੇ ਵੀ ਇੱਥੇ ਬੱਚੇ ਪ੍ਰੈਕਟਿਸ ਕਰਕੇ ਜਾਣ ਉਹ ਵੱਡੀਆਂ ਬੁਲੰਦੀਆਂ 'ਤੇ ਜਾਣ, ਅਸੀਂ ਹੀ ਜਿਹੜਾ ਮੈਸੇਜ ਸਾਰਿਆਂ ਨੂੰ ਦਿੰਦੇ ਹਾਂ। ਠੀਕ ਹੈ, ਧੰਨਵਾਦ ਜੀ ਵਾਲੀਆ ਸਾਹਿਬ, ਧੰਨਵਾਦ। ਆਖਰੀ ਸੰਦੇਸ਼ ਦੋ ਸ਼ਬਦਾਂ 'ਚ ਖਿਡਾਰੀਆਂ ਨੂੰ, ਪੂਰੇ ਪੰਜਾਬ ਨੂੰ, ਕਬੱਡੀ ਕਬੱਡੀ ਇੱਕ ਕੀ ਕਹਿੰਦੇ ਨੇ ਖੇਡ ਦੀ ਨਾਲ ਨਾਲ ਕਹਿੰਦੇ ਕਿ ਨਸ਼ੇ ਦਾ ਵੀ ਚੱਲਦਾ ਪਿਆ ਬਹੁਤ ਤਕੜਾ। ਮੈਂ ਤਾਂ ਇੱਕੋ ਹੀ ਸੰਦੇਸ਼ ਦੇਣਾ ਚਾਹਾਂਗਾ ਸਾਰੇ ਹੀ ਪਲੇਅਰਾਂ ਨੂੰ ਕਿ ਜਿਹੜੇ ਕੁਛ ਕੁ ਲੋਕ ਗੱਲਾਂ ਕਰਦੇ ਨੇ ਕਿ ਕਬੱਡੀ ਵਾਲੇ ਨਸ਼ਾ ਕਰਦੇ ਨੇ, ਪਰ ਮੈਂ ਇਹ ਗੱਲ ਨਾਲ ਸਹਿਮਤ ਵੀ ਹਾਂ ਅਤੇ ਸਹਿਮਤ ਵੀ ਨਹੀਂ, ਕਿਉਂਕਿ ਜ਼ਰੂਰੀ ਨਹੀਂ ਕਿ ਸਾਰੇ ਪਲੇਅਰ ਨਸ਼ਾ ਕਰਦੇ ਨੇ। ਇਹਦੇ ਵਿੱਚ ਕੋਈ 5-10% ਕੋਈ ਬੱਚਾ ਨਸ਼ਾ ਕਰ ਲੈਂਦਾ, ਇਹ ਮੈਂ ਕਹਿ ਨਹੀਂ ਸਕਦਾ ਵੀ ਨਹੀਂ ਕਰਦੇ ਨੇ, ਪਰ ਇਹ ਨਹੀਂ ਕਿ ਸਾਰੇ ਪਲੇਅਰ ਨਸ਼ਾ ਕਰਦੇ ਨੇ। ਇੱਥੇ ਇਹੋ ਜਿਹੇ ਪਲੇਅਰ ਨੇ ਸਾਰੇ, ਮੇਰੀ ਅਕੈਡਮੀ 'ਚ ਕੋਈ ਇਹੋ ਜਿਹਾ ਪਲੇਅਰ ਨਹੀਂ ਹੈਗਾ ਜਿਹੜਾ ਕੋਈ ਨਸ਼ੇ ਵਾਲਾ, ਤਕਰੀਬਨ ਮਿਹਨਤ ਲਾਉਂਦੇ ਨੇ, ਦੇਸੀ ਖੁਰਾਕ ਖਾਂਦੇ ਨੇ, ਅਤੇ ਜਿਹੜੇ ਹੋਰ ਵੀ ਅੰਤਰਰਾਸ਼ਟਰੀ ਵੱਡੇ ਪਲੇਅਰ ਨੇ, ਇਹ ਨਹੀਂ ਆਪਾਂ ਉਹਨਾਂ ਨੂੰ ਕਹਿ ਸਕਦੇ ਕਿ ਉਹ ਨਸ਼ਾ ਕਰਕੇ ਵੱਡੇ ਹੋਏ ਨੇ, ਉਹ ਆਪਦੀ ਮਿਹਨਤ ਨਾਲ ਵੱਡੇ ਹੋਏ ਨੇ, ਖੁਰਾਕ ਖਾਂਦੇ ਨੇ, ਕਿਉਂਕਿ ਲੋਕ ਉਹਨਾਂ ਨੂੰ ਖੇਡਦੇ ਦੇਖਦੇ ਨੇ, ਸਿਰਫ ਇਹ ਸੋਚਦੇ ਨੇ ਕਿ ਨਸ਼ਾ ਕਰਦੇ ਨੇ।
ਨਹੀਂ, ਉਹਨਾਂ ਦੀ ਮਿਹਨਤ ਨਹੀਂ ਦੇਖਦੇ ਹੈਗੇ ਕਿ ਉਹ ਕਿੰਨਾ ਟਾਈਮ ਮਿਹਨਤ ਕਰਦੇ ਨੇ, ਤਿੰਨ ਟਾਈਮ ਮਿਹਨਤ ਕਰਦੇ ਨੇ, ਚਾਰ ਟਾਈਮ ਮਿਹਨਤ ਕਰਦੇ ਨੇ ਤਾਂ ਉਹ ਤਕੜੇ ਨੇ। ਹਾਂ ਠੀਕ ਹੈ, ਇੱਕ ਅੱਧਾ ਕੋਈ ਪਲੇਅਰ ਹੈ ਕੋਈ ਨਸ਼ਾ ਕਰਕੇ ਖੇਡ ਲੈਂਦਾ, ਕੋਈ ਉਹ ਅੱਗੇ ਵੀ ਆਇਆ, ਪਰ ਆਪਾਂ ਐ ਨੀ ਕਿਹਾ, ਮੈਂ ਦਰਸ਼ਕਾਂ ਨੂੰ ਵੀ ਕਹਿੰਦਾ ਕਿ ਜ਼ਰੂਰੀ ਨਹੀਂ ਕਿ ਕਬੱਡੀ ਦੇ ਵਿੱਚ ਸਾਰਾ ਨਸ਼ਾ ਹੀ ਹੈ, ਮਿਹਨਤ ਵੀ ਹੈ, ਨਸ਼ਾ ਹੈਗਾ। ਆਪਾਂ ਪਲੇਅਰਾਂ ਨੂੰ ਬੇਨਤੀ ਕਰਦੇ ਹਾਂ ਕਿ ਪਹਿਲਾਂ ਤਾਂ ਯਕੀਨ ਰੱਖੋ ਆਪਣੇ ਆਪ ਤੇ, ਮਿਹਨਤ ਤੇ। ਜਿਹੜਾ ਬੰਦਾ ਯਕੀਨ ਆਪਣੇ ਆਪ ਤੇ ਮਿਹਨਤ ਤੇ ਰੱਖੂਗਾ ਉਹੀ ਅੱਗੇ ਜਾਊਗਾ। ਕਿਸੇ ਤੇ ਉਮੀਦ ਨਾ ਰੱਖੋ, ਉਮੀਦ ਰੱਖੋ ਆਪਣੇ ਆਪ ਤੇ, ਉਹ ਬਾਬੇ ਨਾਨਕ ਤੇ ਤੇ ਆਪਣੀ ਮਿਹਨਤ ਦੇ ਉੱਤੇ। ਜਿਹੜਾ ਮਿਹਨਤ ਕਰੂਗਾ ਉਹੀ ਅੱਗੇ ਜਾਊਗਾ। ਇਹ ਮੇਰੀ ਸਾਰੇ ਪਲੇਅਰ ਨੂੰ ਬੇਨਤੀ ਹੈ। ਬਿਲਕੁਲ ਜੀ ਬਿਲਕੁਲ। ਸੋ ਜਿਵੇਂ ਅੱਜ ਆਪਾਂ ਦੇਖਿਆ ਵੀ ਸਟੇਡੀਅਮ ਚ ਕੋਚ ਸਾਹਿਬ ਨਾਲ ਗੱਲ ਕੀਤੀ, ਖਿਡਾਰੀਆਂ ਨਾਲ ਗੱਲ ਕੀਤੀ, ਬੜਾ ਵਧੀਆ ਲੱਗਾ, ਇੱਕ ਬੜਾ ਵਧੀਆ ਮੈਸੇਜ ਗਿਆ, ਬੜੀ ਵਧੀਆ ਗੱਲ ਸਾਹਮਣੇ ਆਈ ਵੀ ਪ੍ਰਦਰਸ਼ਨ ਪਹਿਲਾਂ ਨਾਲੋਂ ਵਧੀਆ ਹੋਏਗਾ। ਸੋ ਦੋ ਤਿੰਨ ਨਾਰੇ ਲਾਉਂਦੇ ਹਾਂ ਹੁਣ। ਹਰਿਆਣਾ ਪੰਜਾਬ ਭਾਈਚਾਰਾ, ਹਰਿਆਣਾ ਪੰਜਾਬ ਭਾਈਚਾਰਾ, ਹਰਿਆਣਾ ਪੰਜਾਬ ਇੱਕ। ਸੋ ਜਿੰਦਾਬਾਦ ਹੀ ਰਹੇ, ਹਰਿਆਣੇ ਤੇ ਪੰਜਾਬ ਦੀ ਇੱਕੋ ਹੀ ਗੱਲ, ਇੱਕੋ ਹੀ ਧਰਤੀ ਹੈ, ਐਵੇਂ ਪਿਆਰ ਬਣਿਆ ਰਹੇ। ਸੋ ਧੰਨਵਾਦ ਜੀ। ਇੱਕ ਅਸੀਂ ਚੈਨਲ ਵੱਲੋਂ ਗਿਫਟ ਲੈ ਕੇ ਆਏ ਹਾਂ, ਸੋ ਕੋਚ ਸਾਹਿਬ ਨੂੰ ਗਿਫਟ ਕਰਾਂਗੇ, ਅਤੇ ਇੱਕ ਸਟੇਡੀਅਮ ਦੀ ਜਿਹੜੀ ਆਪਣੀ ਕਮੇਟੀ ਹੈ ਉਹਨਾਂ ਦੇ ਜਿਹੜੇ ਸਰਪ੍ਰਸਤ ਨੇ, ਮੈਂਬਰ ਨੇ, ਉਹਨਾਂ ਨੂੰ ਗਿਫਟ ਕਰਾਂਗੇ। ਦੋਨਾਂ ਦਾ ਯੋਗਦਾਨ ਬਹੁਤ ਵੱਡਾ, ਸੋ ਲਿਆਓ ਜੀ। ਇੱਧਰ ਕਰਾਓ ਦੂਜਾ ਟਾਈਮ ਪੀਸ ਆਪਾਂ ਬਾਈ ਬੂੰਦੀ ਜੀ ਨੂੰ ਦੇਣਾ, ਬਲਵਿੰਦਰ ਸਿੰਘ ਬੂੰਦੀ ਨੂੰ, ਆਪਣੇ ਕਬੱਡੀ ਕੋਚ ਨੇ ਜਿਹੜੇ ਇਸ ਪੰਜਾਬ ਦੇ ਨਕਸ਼ੇ ਵਾਲਾ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਜੀ।